ਮੇਰਾ ਪਿੰਡ ਆਪਣੇ ਪਿੰਡ ਹਿਆਰਨਗਰ ਜੀ, ਗੁਰਮੇਲ ਸਿੰਘ ਮੇਰਾ ਨਾਂ ਜੀ, ਸਾਡਾ ਉਹ ਗੁਰਦੀਪ ਸਿੰਘ ਜੀ, ਅਤੇ ਮੈਂ ਮੇਰੇ ਕੋਲ 2.25 ਕਿੱਲੇ ਸਾਡੀ ਪੈਲੀ ਹੈ, ਅਤੇ ਮੈਂ ਕੁਝ ਦਿਨ ਪਹਿਲਾਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇਅ ਲਿਆਂਦੀ ਸੀ ਆਪਣੇ ਨਿਊ ਰੰਧਾਵਾ ਖੇਤੀ ਸਟੋਰ ਤੋਂ, ਆਪਣੇ ਪਿੰਡ ਤੋਂ ਹੀ ਹਰਦੋਸ਼ਣੀ ਰੋਡ ਤੋਂ, ਅਤੇ ਉਹਨਾਂ ਮੈਨੂੰ 2 ਦਵਾਈਆਂ ਦਿੱਤੀਆਂ ਨੇ, ਇੱਕ ਟਿੱਡੇ ਦੀ ਅਤੇ ਇੱਕ ਤਿਲਟ ਦੀ। ਜਿਹੜੀ ਟਿੱਡੇ ਦੀ ਦਵਾਈ ਦਿੱਤੀ ਉਹਨਾਂ ਮੈਨੂੰ ਪਿਆ ਕੇ ਦਿੱਤੀ ਹੈ, ਜਿਹੜੀ ਟਿੱਡੇ ਦੀ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ੍ਹ ਕੇ ਦਿੱਤੀ ਹੈ, ਖੁੱਲ੍ਹੀ ਦਿੱਤੀ ਹੈ, ਵੀ ਓਪਨ ਸ਼ੀਸ਼ੀ ਜੇ ਦਿੱਤੀ ਹੈ ਲਿਮਕੇ ਵਾਲੀ ਜੇ, ਉਹ ਮੈਂ ਲਿਆ ਕੇ ਜਦੋਂ ਸਪਰੇਅ ਕਰਾਈ ਹੈ, ਉਹ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨ ਹੀ ਝੋਨਾ ਜਿਹੜਾ ਡੈਮਜ ਹੋ ਗਿਆ, ਸਾਰਾ ਸੁੱਕਣਾ ਸ਼ੁਰੂ ਹੋ ਗਿਆ। ਫਿਰ ਮੈਂ ਉਹਦੇ ਕੋਲ ਗਿਆ ਵਾਂ, ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ, ਉਹਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਤਲੇ, ਕੋਈ ਨਹੀਂ ਠੀਕ ਹੋ ਜਾਏਗਾ। ਪਰ ਉਹ ਪਾਣੀ ਮੇਰੇ ਰੱਖਣ ਦੇ ਬਾਵਜੂਦ ਵੀ ਉਹਨੇ 5 ਦਿਨ ਮੇਰੇ ਨਗਾਤੇ ਆ, ਪਰ ਇਹ ਝੋਨਾ ਨਹੀਂ ਪੈਣਾ ਦਿਆ। ਅਤੇ ਮੈਂ ਬਸ ਇਹੀ ਚਾਹੁੰਦਾ ਵੀ ਮੈਨੂੰ ਇਨਸਾਫ਼ ਦਿੱਤਾ ਜਾਏ, ਅਤੇ ਮੇਰੀ ਫਸਲ ਦਾ ਜੋ ਮੈਂ ਛੋਟਾ ਕਿਸਾਨ ਆ, ਮੇਰਾ ਇਹੋ ਹੀ ਸਹਾਰਾ, ਮੇਰਾ ਇੰਨੀ ਕੁ ਮੇਰੇ ਕੋਲ ਪਿਆਲੀ ਆ, ਇਹਦੇ ਸਿਰ 'ਤੇ ਮੇਰਾ ਸਾਡਾ ਪਰਿਵਾਰ ਚੱਲ ਰਿਹਾ ਵਾ। ਅਤੇ ਪਿਆਲੀ ਮੇਰੀ 2.25 ਕਿੱਲੇ ਆ, ਜਿਹਦੇ ਵਿੱਚੋਂ 2 ਕਿੱਲੇ ਅਤੇ 2 ਕਨਾਲ ਮੇਰਾ ਝੋਨਾ ਵਾ, ਅਤੇ ਅੱਧੇ ਕਨਾਲ ਵਿੱਚ ਥੋੜ੍ਹਾ ਪੱਠੇ ਵੀ ਹੈਗੇ ਆ। ਅਤੇ ਉਹ ਸਰ ਕੋਈ ਪੱਲਾ ਨਹੀਂ ਫੜਾਉਂਦਾ ਪਿਆ, ਉਹ ਕਹਿੰਦਾ ਬਸ ਇਹੀ ਪਾਣੀ ਰੱਖ ਠੀਕ ਹੋ ਜਾਏਗਾ, ਉਹ ਅਜੇ ਬਸ ਉਹਨੇ ਨਹੀਂ ਕੋਈ ਗੱਲਬਾਤ ਨਹੀਂ ਕੋਈ ਅਜੇ ਸਕੈਨ ਕੀਤੀ। ਹਾਂਜੀ ਹਾਂਜੀ, ਹੁਣ ਅਸੀਂ ਜਾਣਾ, ਅਸੀਂ ਪਹਿਲਾਂ ਉਹਦੀ ਸਲਾਹ ਲਈ ਆ, ਹੁਣ ਉਹਨੇ ਨਹੀਂ ਗੱਲ ਗਏ, ਫਿਰ ਹੁਣ ਅਸੀਂ ਇੱਦਾਂ ਵੀ ਹਾਂ ਖੇਤੀਬਾੜੀ ਨੂੰ ਅਸੀਂ ਸ਼ਿਕਾਇਤ ਕਰਾਂਗੇ ਜਾ ਕੇ। ਨਿਊਰਦਾ ਵੱਖ ਹੈਗਾ ਜੀ ਕਿਸਾਨ ਖੇਤੀ ਸੈਂਟਰ, ਕੋਈ ਦਵਾਈ ਗਲਤ ਨਹੀਂ ਦਿੱਤੀ ਜੀ, ਦਵਾਈ ਇਹਦੇ ਕੋਲ ਉੱਥੋਂ ਜੋ ਕੁਝ ਹੋਇਆ ਇਹਦੇ ਕੋਲ ਉੱਥੋਂ ਬੰਬੀ ਵਾਲੇ ਅੰਦਰੋਂ ਹੋਇਆ, ਇਹਨੇ ਜਾ ਕੇ ਰੱਖੀ ਹੋਏਗੀ, ਮੈਨੂੰ ਨਹੀਂ ਪਤਾ ਉੱਥੋਂ ਕਿਸੇ ਚੇਂਜ ਕੀਤੀ ਇਹਨਾਂ ਕੀ। ਇੱਥੋਂ ਦਵਾਈ ਜਿਹੜੀ ਮੈਂ ਦਿੱਤੀ ਹੈ ਇਹਨਾਂ ਉਹਦੇ ਕੋਲ ਦੋਵੇਂ ਸ਼ੀਸ਼ੀਆਂ ਹੈਗੀਆਂ, ਉਹ ਜਿੱਥੇ ਮਰਜ਼ੀ ਚੱਕ ਕਰਾ ਲਏ, ਦਵਾਈ ਕੋਈ ਨਹੀਂ ਗਲਤ ਦਿੱਤੀ। ਇੱਕ ਆਪਣਾ ਟੋਰੋਟੈਨ ਦਿੱਤੀ ਆ ਟਿੱਡੇ ਵਾਸਤੇ, ਅਤੇ ਇੱਕ ਇਹਨੂੰ ਦਿੱਤੀ ਆ ਇਲੈਕਸ਼ਨ ਉੱਤਮ ਵਾਲਿਆਂ ਦੀ, ਉਹ ਦਵਾਈ ਹੁਣ 5 ਜਿਹੜੀ 5 ਕਿੱਲੇ ਦੀ ਖੋਲ੍ਹ ਕੇ ਦੇਣੀ ਆ ਜੀ, 5 ਕਿੱਲੇ ਦੀ ਜਾਨ ਲੈ ਜਾਂਦਾ 5 ਕਿੱਲੇ ਜੀ। ਇਹਨਾਂ ਆਪ ਉੱਥੇ ਇਹਦੇ ਕੋਲ ਬੰਬੀ ਵਾਲੇ ਅੰਦਰ ਰੱਖੀ ਆ ਇਹਨੇ, ਹੁਣ ਮੈਨੂੰ ਨਹੀਂ ਪਤਾ ਉੱਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋਲ ਪਹਿਲਾਂ ਕੋਈ ਪਈ ਹੋਈ, ਤਾਂ ਘਰੋਂ ਇਹਨੇ ਤੀਜੀ ਦਵਾਈ ਪਾਈ ਆ ਕੋਈ। ਮੇਰਾ ਪਿੰਡ ਆਪਣੇ ਪਿੰਡ ਹਿਆਰਨਗਰ ਜੀ, ਗੁਰਮੇਲ ਸਿੰਘ ਮੇਰਾ ਨਾਂ ਜੀ, ਸਾਡਾ ਉਹ ਗੁਰਦੀਪ ਸਿੰਘ ਜੀ, ਅਤੇ ਮੈਂ ਮੇਰੇ ਕੋਲ 2.25 ਕਿੱਲੇ ਸਾਡੀ ਪੈਲੀ ਹੈ, ਅਤੇ ਮੈਂ ਕੁਝ ਦਿਨ ਪਹਿਲਾਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇਅ ਲਿਆਂਦੀ ਸੀ ਆਪਣੇ ਨਿਊ ਰੰਧਾਵਾ ਖੇਤੀ ਸਟੋਰ ਤੋਂ, ਆਪਣੇ ਪਿੰਡ ਤੋਂ ਹੀ ਹਰਦੋਸ਼ਣੀ ਰੋਡ ਤੋਂ, ਅਤੇ ਉਹਨਾਂ ਮੈਨੂੰ 2 ਦਵਾਈਆਂ ਦਿੱਤੀਆਂ ਨੇ, ਇੱਕ ਟਿੱਡੇ ਦੀ ਅਤੇ ਇੱਕ ਤਿਲਟ ਦੀ। ਜਿਹੜੀ ਟਿੱਡੇ ਦੀ ਦਵਾਈ ਦਿੱਤੀ ਉਹਨਾਂ ਮੈਨੂੰ ਪਿਆ ਕੇ ਦਿੱਤੀ ਹੈ, ਜਿਹੜੀ ਟਿੱਡੇ ਦੀ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ੍ਹ ਕੇ ਦਿੱਤੀ ਹੈ, ਖੁੱਲ੍ਹੀ ਦਿੱਤੀ ਹੈ, ਵੀ ਓਪਨ ਸ਼ੀਸ਼ੀ ਜੇ ਦਿੱਤੀ ਹੈ ਲਿਮਕੇ ਵਾਲੀ ਜੇ, ਉਹ ਮੈਂ ਲਿਆ ਕੇ ਜਦੋਂ ਸਪਰੇਅ ਕਰਾਈ ਹੈ, ਉਹ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨ ਹੀ ਝੋਨਾ ਜਿਹੜਾ ਡੈਮਜ ਹੋ ਗਿਆ, ਸਾਰਾ ਸੁੱਕਣਾ ਸ਼ੁਰੂ ਹੋ ਗਿਆ। ਫਿਰ ਮੈਂ ਉਹਦੇ ਕੋਲ ਗਿਆ ਵਾਂ, ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ, ਉਹਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਤਲੇ, ਕੋਈ ਨਹੀਂ ਠੀਕ ਹੋ ਜਾਏਗਾ। ਪਰ ਉਹ ਪਾਣੀ ਮੇਰੇ ਰੱਖਣ ਦੇ ਬਾਵਜੂਦ ਵੀ ਉਹਨੇ 5 ਦਿਨ ਮੇਰੇ ਨਗਾਤੇ ਆ, ਪਰ ਇਹ ਝੋਨਾ ਨਹੀਂ ਪੈਣਾ ਦਿਆ। ਅਤੇ ਮੈਂ ਬਸ ਇਹੀ ਚਾਹੁੰਦਾ ਵੀ ਮੈਨੂੰ ਇਨਸਾਫ਼ ਦਿੱਤਾ ਜਾਏ, ਅਤੇ ਮੇਰੀ ਫਸਲ ਦਾ ਜੋ ਮੈਂ ਛੋਟਾ ਕਿਸਾਨ ਆ, ਮੇਰਾ ਇਹੋ ਹੀ ਸਹਾਰਾ, ਮੇਰਾ ਇੰਨੀ ਕੁ ਮੇਰੇ ਕੋਲ ਪਿਆਲੀ ਆ, ਇਹਦੇ ਸਿਰ 'ਤੇ ਮੇਰਾ ਸਾਡਾ ਪਰਿਵਾਰ ਚੱਲ ਰਿਹਾ ਵਾ। ਅਤੇ ਪਿਆਲੀ ਮੇਰੀ 2.25 ਕਿੱਲੇ ਆ, ਜਿਹਦੇ ਵਿੱਚੋਂ 2 ਕਿੱਲੇ ਅਤੇ 2 ਕਨਾਲ ਮੇਰਾ ਝੋਨਾ ਵਾ, ਅਤੇ ਅੱਧੇ ਕਨਾਲ ਵਿੱਚ ਥੋੜ੍ਹਾ ਪੱਠੇ ਵੀ ਹੈਗੇ ਆ। ਅਤੇ ਉਹ ਸਰ ਕੋਈ ਪੱਲਾ ਨਹੀਂ ਫੜਾਉਂਦਾ ਪਿਆ, ਉਹ ਕਹਿੰਦਾ ਬਸ ਇਹੀ ਪਾਣੀ ਰੱਖ ਠੀਕ ਹੋ ਜਾਏਗਾ, ਉਹ ਅਜੇ ਬਸ ਉਹਨੇ ਨਹੀਂ ਕੋਈ ਗੱਲਬਾਤ ਨਹੀਂ ਕੋਈ ਅਜੇ
ਸਕੈਨ ਕੀਤੀ। ਹਾਂਜੀ ਹਾਂਜੀ ਹੁਣ ਅਸੀਂ ਜਾਣਾ, ਅਸੀਂ ਪਹਿਲਾਂ ਉਹਦੀ ਸਲਾਹ ਲਈ ਆ, ਹੁਣ ਉਹਨੇ ਨਹੀਂ ਗੱਲ ਕਹੀ, ਫਿਰ ਹੁਣ ਅਸੀਂ ਇੱਦਾਂ ਵੀ ਹਾਂ ਖੇਤੀਬਾੜੀ ਨੂੰ ਅਸੀਂ ਸਕੈਨ ਕਰਾਂਗੇ ਜਾ ਕੇ। ਨਿਊਰ ਦਾ ਵੱਖ ਹੈਗਾ ਜੀ ਕਿਸਾਨ ਖੇਤੀ ਸੈਂਟਰ, ਕੋਈ ਦਵਾਈ ਗਲਤ ਨਹੀਂ ਦਿੱਤੀ ਜੀ। ਦਵਾਈ ਇਹਦੇ ਕੋਲ ਉੱਥੋਂ ਜੋ ਕੁਝ ਹੋਇਆ ਇਹਦੇ ਕੋਲ ਉੱਥੋਂ ਬੰਬੀ ਵਾਲੇ ਅੰਦਰੋਂ ਹੋਇਆ, ਇਹਨੇ ਜਾ ਕੇ ਰੱਖੀ ਹੋਏਗੀ, ਮੈਨੂੰ ਨਹੀਂ ਪਤਾ ਉੱਥੋਂ ਕਿਸੇ ਚੇਂਜ ਕੀਤੀ ਇਹਨਾਂ ਕੀ। ਇੱਥੋਂ ਦਵਾਈ ਜਿਹੜੀ ਮੈਂ ਦਿੱਤੀ ਹੈ ਤਾਂ ਇਹਨਾਂ ਉਹਦੇ ਕੋਲ ਦੋਵੇਂ ਸ਼ੀਸ਼ੀਆਂ ਹੈਗੀਆਂ, ਉਹ ਜਿੱਥੇ ਮਰਜ਼ੀ ਚੱਕ ਕਰਾ ਲਏ, ਦਵਾਈ ਕੋਈ ਨਹੀਂ ਗਲਤ ਦਿੱਤੀ। ਇੱਕ ਆਪਣਾ ਟੋਰੋ ਟੈਨ ਦਿੱਤੀ ਆ ਟਿੱਡੇ ਵਾਸਤੇ, ਅਤੇ ਇੱਕ ਇਹਨੂੰ ਦਿੱਤੀ ਆ ਇਲੈਕਸ਼ਨ ਉੱਤਮ ਵਾਲਿਆਂ ਦੀ। ਉਹ ਦਵਾਈ ਹੁਣ ਪੰਜ ਜਿਹੜੀ 5 ਕਿੱਲੇ ਦੀ ਖੋਲ੍ਹ ਕੇ ਦੇਣੀ ਆ ਜੀ, 5 ਕਿੱਲੇ ਦੀ ਜਾਨ ਲੈ ਜਾਂਦਾ 5 ਕਿੱਲੇ ਜੀ। ਇਹਨਾਂ ਆਪ ਉੱਥੇ ਇਹਦੇ ਕੋਲ ਬੰਬੀ ਵਾਲੇ ਅੰਦਰ ਰੱਖੀ ਆ ਇਹਨੇ, ਹੁਣ ਮੈਨੂੰ ਨਹੀਂ ਪਤਾ ਉੱਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋਲ ਪਹਿਲਾਂ ਕੋਈ ਪਈ ਹੋਏ ਤਾਂ ਘਰੋਂ ਇਹਨੇ ਤੀਜੀ ਦਵਾਈ ਪਾਈ ਆ ਕੋਈ।